ਸ਼ੀਲਾ ਵਿਖਾਵਾਂਗੇ ਸਰਦਾਰ ਜੀ ਆ ਜਿਹੜੇ ਕਿ ਜੂਸ ਤਿਆਰ ਕਰਦੇ ਨੇ ਅਤੇ ਜੂਸ ਅਜਿਹਾ ਤਿਆਰ ਕਰਦੇ ਨੇ ਜਿਸ ਜੂਸ ਦੇ ਪੀਣ ਦੇ ਨਾਲ ਤੁਹਾਡੀਆਂ ਛੋਟੀ ਤੋਂ ਲੈ ਕੇ ਵੱਡੀ ਤੋਂ ਵੱਡੀ ਜਿਹੜੀ ਬਿਮਾਰੀ ਜਿਹੜੀ ਆ ਕੈਂਸਰ ਤੱਕ ਜਿਹੜੀ ਆ ਜੂਸ ਦੇ ਨਾਲ ਠੀਕ ਹੋ ਜਾਂਦੀ ਹੈ। ਜਿਵੇਂ ਵਾਹਿਗੁਰੂ ਜੀ ਆਪਾਂ ਪੇਟ ਗੈਸ ਤੋਂ ਲੈ ਕੇ ਕੈਂਸਰ ਤੱਕ ਸੰਗਤਾਂ ਯਾਤਰਾ ਕਰ ਰਹੀਆਂ ਤਾਂ ਕਰ ਰਹੀਆਂ ਕਿ ਸਾਡਾ ਸਿਰਫ ਖਾਣ ਪੀਣ ਦਾ ਤਰੀਕਾ ਗਲਤ ਹੈ, ਬਿਮਾਰੀ ਕੈਂਸਰ ਵੀ ਨਹੀਂ ਹੈਗੀ। ਮੈਂ ਸੰਗਤਾਂ ਨੂੰ ਦੋ ਚੀਜ਼ਾਂ ਆਖਦਾ ਨਾ ਆ, ਇੱਕ ਸਵੇਰ ਦੀ ਚਾਹ ਛੱਡ ਦਿਉ ਅਤੇ ਇੱਕ ਰਾਤ ਦੀ ਰੋਟੀ ਛੱਡ ਦਿਉ, ਤੁਸੀਂ 40-50% ਬਿਮਾਰੀਆਂ ਤੁਹਾਡੀਆਂ ਬਿਲਕੁਲ ਖਤਮ ਹੋ ਜਾਣਗੀਆਂ। ਕਿ ਬਿਮਾਰੀ ਨਹੀਂ ਕੋਈ ਹੈਗੀ, ਸਿਰਫ ਆਪਣਾ ਖਾਣ ਪੀਣ ਗਲਤ ਆ, ਇਸ ਕਰਕੇ ਕਿਉਂਕਿ ਸਾਨੂੰ ਜਦੋਂ ਸਾਡੇ ਹਿੰਦੁਸਤਾਨ ਦੇ ਵਿੱਚ ਅੰਗਰੇਜ਼ ਆਏ ਆ, ਅੰਗਰੇਜ਼ਾਂ ਨੇ ਆਉਂਦਿਆਂ ਸਾਲ ਸਾਡੀ ਸੱਭਿਆ 'ਤੇ ਅਟੈਕ ਕੀਤਾ ਆ। ਜਾਂ ਕਹਿ ਲਓ ਵੀ ਮਹਿੰਗੀ ਮਹਿੰਗੀ ਦਵਾਈਆਂ ਆਉਂਦੀਆਂ ਨੇ, ਅਸੀਂ ਦੇਖਿਆ ਵੀ ਲੋਕ ਲੱਖਾਂ ਦੀ ਦਵਾਈਆਂ ਖਰਚ ਕੇ ਆਪਣਾ ਸਰੀਰ ਖਰਾਬ ਕਰ ਲੈਂਦੇ ਨੇ, ਕਿ ਲੱਗਦਾ ਵੀ ਤੁਹਾਡੀ ਨੌਲੇਜ ਦੇ ਨਾਲ ਇਹਨਾਂ ਦਾ ਛੁਟਕਾਰਾ ਹੋਜੂਗਾ, ਵੱਡੇ ਵੱਡੇ ਡਾਕਟਰਾਂ ਜਿਹੜਾ ਬਿੱਲ ਜਿਹੜੇ ਦਿੰਦੇ ਨੇ ਉਹਨਾਂ ਦਾ ਬਚਾਅ ਹੋਜੂਗਾ। ਡਾਕਟਰ ਆਖਦੇ ਆ ਕਿ ਜਿਹਨੂੰ ਟੀਕਾ ਇੱਕ ਵਾਰੀ ਇਨਸੁਲਿਨ ਦਾ ਸਟਾਰਟ ਹੋ ਗਿਆ ਉਹ ਮਰਨ ਤੱਕ ਟੀਕਾ ਲੱਗੇਗਾ, ਠੀਕ ਹੈ ਜੀ, ਪਰ ਅਸੀਂ ਇੱਥੇ ਦਾਅਵਾ ਕਰਦੇ ਹਾਂ ਕਿ ਜਿਹੜਾ ਸਾਡੇ ਕੋਲ ਆ ਜਾਵੇਗਾ ਅਸੀਂ ਕੁਛ ਦਿਨਾਂ ਤੋਂ ਕਿ ਪਹਿਲੇ ਦਿਨ ਤੋਂ ਮੈਂ ਇਨਸੁਲਿਨ ਦਾ ਟੀਕਾ ਬੰਦ ਕਰਵਾ ਸਕਦਾ। ਜਿਵੇਂ ਭਾਅ ਜੀ ਤੁਸੀਂ ਆਪਾਂ ਗੱਲ ਕਰ ਰਹੇ ਹਾਂ ਕਿ ਚਾਹ ਦੇ ਨਾਲ ਪਰੌਂਠੇ ਹੁੰਦੇ ਆ, ਇੱਕ ਲੂਣ ਦੇ ਨਾਲ, ਜਦੋਂ ਲੂਣ ਦੇ ਦੁੱਧ ਦੇ ਨਾਲ ਲੂਣ ਟੱਚ ਹੁੰਦਾ ਉਹ ਜ਼ਹਿਰ ਬਣ ਜਾਂਦਾ। ਜਿਵੇਂ ਆਪਾਂ ਇਹ ਸਰਬ ਲੋਹੇ ਦੇ ਬਰਤਨ ਦੇ ਵਿੱਚ ਜੂਸ ਤਿਆਰ ਕਰ ਰਹੇ ਹਾਂ, ਠੀਕ ਹੈ ਜੀ, ਸਰਬ ਲੋਹੇ ਦੀ ਕੜਾਹੀ ਆ, ਇਹਦੇ ਵਿੱਚ ਦਾਲਚੀਨੀ ਆ, ਮਲੱਠੀ ਆ, ਸੌਂਫ ਆ, ਕਾਲੀ ਮਿਰਚ ਆ, ਕਿੱਕਰ ਦੀ ਫਲੀ ਆ, ਬੇਰ ਆ, ਨਾਭ ਹੈ, ਚਿੱਬੜ ਹੈ, ਨਿੰਬੂ ਆ, ਚਕੰਦਰ ਆ, ਠੀਕ ਹੈ, ਆਂਵਲਾ ਆ, ਇਹੀ ਪੈਨ ਕਿਰਿਆ ਇੱਦਾਂ ਘੁੰਮਣੀ ਆ ਜੀ। ਇਹ ਪੈਨ ਕਿਰਿਆ ਜਿਹੜੇ ਜੋੜ ਆ, ਜੋੜਾਂ ਦੇ ਵਿੱਚ ਕਚਰਾ ਜੰਮ ਜਾਂਦਾ, ਜੋ ਵੀ ਅਸੀਂ ਮੈਦਾ ਜਾਂ ਮੈਦੇ ਤੋਂ ਬਣੀਆਂ ਚੀਜ਼ਾਂ ਖਾਂਦੇ ਹਾਂ, ਰਿਫਾਇੰਡ ਗਗਨ ਡਾਲਡਾ ਰਿਫਾਇੰਡ ਰੁਚੀ ਜਾਂ ਕੁਛ ਵੀ ਆ, ਬਰੱਸ਼ ਦੇ ਵਿੱਚ ਕੈਮੀਕਲ ਆ ਰਿਹਾ, ਠੀਕ ਹੈ ਜੀ, ਉਹ ਤੋਂ ਬਾਅਦ ਸ਼ੈਂਪੂ ਲਾ ਰਹੇ ਹਾਂ ਉਹਦੇ 'ਚ ਕੈਮੀਕਲ ਆ ਰਿਹਾ, ਆਪਾਂ ਸੋਪ ਸਾਬਣ ਨਾਲ ਨਹਾ ਰਹੇ ਹਾਂ ਉਹ 'ਚ ਕੈਮੀਕਲ ਆ ਰਿਹਾ, ਅਲਮੋਨੀਅਮ ਦੇ ਬਰਤਨ ਵਰਤ ਰਹੇ ਹਾਂ ਉਹਦੇ 'ਚ ਕੈਮੀਕਲ ਜ਼ਹਿਰ ਆ ਰਿਹਾ, ਮਤਲਬ ਹਰ ਚੀਜ਼ ਦੇ ਵਿੱਚ ਜ਼ਹਿਰ ਆ ਰਿਹਾ, ਤਾਂ ਗਰੋਥ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਦੀ ਕਿੱਥੋਂ ਹੋਏਗੀ। ਖਾਸ ਕੇ ਜਦੋਂ ਪਿੱਤਲ ਦੇ ਭਾਂਡੇ ਘਰਾਂ ਵਿੱਚ ਹੁੰਦੇ ਸੀ, ਆਮ ਅਸੀਂ ਦੇਖਦੇ ਵੀ ਪੁਰਾਣੇ ਘਰਾਂ 'ਚ ਹੁੰਦੇ ਸੀ, ਲੋਕਾਂ ਦੇ ਘਰਾਂ 'ਚ ਸ਼ਿੰਗਾਰ ਹੁੰਦੀ ਸੀ, ਪਰ ਅਸੀਂ ਦੇਖਿਆ ਨੌਜਵਾਨ ਜ਼ਮਾਨਾ ਬਦਲਦਾ ਆ ਅਤੇ ਲੋਕ ਆਪਣੇ ਸ਼ਿੰਗਾਰ ਘੱਟਦੀ ਗਈ ਆ, ਲੋਕ ਪਿੱਤਲ ਦੇ ਭਾਂਡੇ ਜਿਹੜੇ ਸੀ ਉਹ ਗਾਂਹ ਵੇਚ ਦੇ ਕੇ ਕਹਿੰਦੇ ਪੁਰਾਣੇ ਭਾਂਡੇ ਵੇਚ ਦਿਓ, ਕਈਆਂ ਨੇ ਵੇਚਣੇ ਸ਼ੁਰੂ ਕਰ ਦਿੱਤੇ ਆ, ਕਿਸਾਂ ਦੇ ਦਿਓ। ਅਗਰ ਜੇ ਆਪਾਂ ਅਲਮੋਨੀਅਮ ਦੇ ਬਰਤਨ ਕੁੱਕਰ ਦੀ ਗੱਲ ਕਰਦੇ ਹਾਂ, ਕੁੱਕਰ ਦਾ ਖਾਣਾ 85-90% ਖਾਣਾ ਜਿਹੜਾ ਉਹ ਡੈੱਡ ਹੋ ਜਾਂਦਾ ਆ, ਅਤੇ ਮਰਿਆ ਹੋਇਆ ਖਾਣਾ ਡਸਟਬਿਨ 'ਚ ਪਾਉਣ ਦੀ ਲੋੜ ਆ, ਸੰਗਤਾਂ ਪੇਟ ਨੂੰ ਡਸਟਬਿਨ ਬਣਾ ਕੇ ਬੈਠੀਆਂ, ਪਹਿਲਾਂ ਪੈਸਾ ਕਮਾਉਣ 'ਤੇ ਲਾਉਂਦੀਆਂ ਸੰਗਤਾਂ, ਉਹ ਤੋਂ ਬਾਅਦ ਉਹੀ ਪੈਸਾ ਬਿਮਾਰੀ 'ਤੇ ਲਾ ਦਿੰਦੀਆਂ, ਨਾ ਹੈਲਥ ਨਾ ਵੈਲਥ ਸਾਰਾ ਕੁਛ ਖਤਮ ਕਰਕੇ, ਤਾਂ ਫਿਰ ਜਦੋਂ ਲਾਸਟ ਸਟੇਜ ਆ ਜਾਂਦੀ ਆ ਤਾਂ ਫਿਰ ਉਹ ਨਾ ਉੱਧਰ ਜੋਗਾ ਬੰਦਾ ਰਹਿੰਦਾ ਅਤੇ ਨਾ ਉੱਧਰ ਜੋਗਾ ਰਹਿੰਦਾ। ਇੱਕ ਸੁੰਘਣ ਵਾਲਾ ਤੇਲ ਆ, ਇਹਦੇ ਨਾਲ ਮਾਈਗ੍ਰੇਨ, ਅੱਧੇ ਸਿਰ ਦਾ ਦਰਦ, ਕਿੰਨਾ ਵੀ ਕਿਸੇ ਦਾ ਪੁਰਾਣਾ ਹੋ ਰਿਹਾ ਆ, ਆਪਾਂ ਇਹ ਸਮੈਲ ਕਰਾ ਕੇ ਮਾਈਗ੍ਰੇਨ ਜਲਦੀ ਤੋਂ ਜਲਦੀ ਠੀਕ ਕਰ ਰਹੇ ਹਾਂ। ਅਤੇ ਨਾਭੀ ਵਾਲਾ ਤੇਲ ਆ, ਹਰ ਬਿਮਾਰੀ 'ਤੇ ਕੰਮ ਕਰੇਗਾ ਜੀ, ਬਿਮਾਰੀ ਕੋਈ ਹੈ ਨਹੀਂ, ਅਗਰ ਜੇ ਕਿਸੇ ਸੰਗਤਾਂ ਨੂੰ ਆ ਰਹੀ ਆ
ਆਪਾਂ ਉਹਨਾਂ ਨੂੰ ਠੀਕ ਹੋਣ ਵਾਸਤੇ ਰਸਤਾ ਜ਼ਰੂਰ ਦੇਵਾਂਗੇ ਕਿ ਦਵਾਈਆਂ ਤੋਂ ਬਗੈਰ ਆਪਾਂ ਠੀਕ ਹੋ ਸਕਦੇ ਹਾਂ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਅਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਤੁਸੀਂ ਅਕਸਰ ਜੂਸ ਤਾਂ ਪੀਤੇ ਬੜੇ ਹੋਣਗੇ ਅਤੇ ਤੁਹਾਨੂੰ ਅਕਸਰ ਡਾਕਟਰ ਵੀ ਕਹਿੰਦੇ ਹੋਣਗੇ ਵੀ ਜੂਸ ਪੀਣ ਦੇ ਨਾਲ ਜਿਹੜੀਆਂ ਤੁਹਾਡਾ ਸਿਹਤ ਚੰਗੀ ਰਹਿੰਦੀ ਆ ਅਤੇ ਤੁਸੀਂ ਤੰਦਰੁਸਤ ਰਹਿੰਦੇ ਹੋ, ਪਰ ਤੁਹਾਨੂੰ ਅੱਜ ਸ਼ੀਰਾ ਵਿਖਾਵਾਂਗੇ ਸਰਦਾਰ ਜੀ ਆ ਜਿਹੜੇ ਕਿ ਜੂਸ ਤਿਆਰ ਕਰਦੇ ਨੇ ਅਤੇ ਜੂਸ ਅਜਿਹਾ ਤਿਆਰ ਕਰਦੇ ਨੇ ਜਿਸ ਜੂਸ ਦੇ ਪੀਣ ਦੇ ਨਾਲ ਤੁਹਾਡੀਆਂ ਛੋਟੀ ਤੋਂ ਲੈ ਕੇ ਵੱਡੀ ਤੋਂ ਵੱਡੀ ਜਿਹੜੀ ਬਿਮਾਰੀ ਜਿਹੜੀ ਆ ਕੈਂਸਰ ਤੱਕ ਜਿਹੜੀ ਉਹ ਜੂਸ ਦੇ ਨਾਲ ਠੀਕ ਹੋ ਜਾਂਦੀ ਹੈ। ਸਭ ਤੋਂ ਪਹਿਲਾਂ ਤਸਵੀਰਾਂ ਵਿਖਾਵਾਂਗੇ ਨਾਨਕ ਸਾਹਿਬ ਜੂਸ ਅੰਮ੍ਰਿਤਸਰ ਵਾਲੇ, ਤੁਸੀਂ ਦੇਖ ਸਕਦੇ ਅਰਜਨ ਦੀ ਛਾਲ ਦੇ ਕਾੜੇ ਦੇ ਅਤੇ ਹਾਰਟ ਬਲੋਕਜ ਐ ਅਤੇ ਅਟੈਕ ਕੰਟਰੋਲ ਵਾਲੇ ਵੱਡੀਆਂ ਵੱਡੀਆਂ ਬਿਮਾਰੀਆਂ ਜਿਹੜੀਆਂ ਨੇ ਇਸ ਜੂਸ ਪੀਣ ਦੇ ਨਾਲ ਜਿਹੜੀਆਂ ਉਹ ਠੀਕ ਹੁੰਦੀਆਂ ਨੇ। ਤਸਵੀਰਾਂ ਤੁਸੀਂ ਵੇਖ ਰਹੇ ਹੋ ਅੰਮ੍ਰਿਤਸਰ ਦੀਆਂ, ਜੋ ਸਰਦਾਰ ਜੀ ਨਾਲ ਗੱਲਬਾਤ ਕਰਾਂਗੇ ਜਿਹੜੇ ਸਰਦਾਰ ਜੀ ਇਹ ਜੂਸ ਤਿਆਰ ਕਰਦੇ ਨੇ। ਤੁਸੀਂ ਸਭ ਤੋਂ ਪਹਿਲਾਂ ਇਹ ਭਾਂਡੇ ਚੈੱਕ ਕਰ ਸਕਦੇ ਜੇ ਭਾਂਡੇ ਜਿਹੜੇ ਕਿ ਸਰਵ ਲੋਹੇ ਦੇ ਬਰਤਨ ਜਿਹੜੇ ਵਰਤੇ ਜਾਂਦੇ ਨੇ ਅਤੇ ਖਾਸ ਕਰਕੇ ਲੋਹੇ ਦੀ ਕੜਾਹੀਆਂ ਅਤੇ ਸਰਵ ਲੋਹੇ ਦੇ ਬਰਤਨ ਜਿਹੜੇ ਕਿ ਬਾਟੇ ਤਿਆਰ ਕੀਤੇ ਜਾਂਦੇ ਨੇ ਉਹਨਾਂ ਨਾਲ ਛਕਾਇਆ ਜਾਂਦਾ। ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰਦੇ ਵੀਰ ਜੀ, ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਕੀ ਨਾਮ ਜੀ ਆਪਣਾ? ਜੀ ਜਤਿੰਦਰ ਸਿੰਘ ਜੀ। ਜਤਿੰਦਰ ਸਿੰਘ ਜੀ, ਮੈਂ ਜਿਵੇਂ ਗੱਲ ਕੀਤੀ ਹੈ ਵੀ ਤੁਹਾਡੇ ਦਾਅਵਾ ਕੀਤਾ ਇਹ ਚੀਜ਼ ਲੈ ਕੇ ਵੀ ਜਿਹੜਾ ਤੁਹਾਡੇ ਕੋਲ ਜੂਸ ਮਿਲਦਾ ਵਾ ਉਹ ਗੈਸ ਦੀ ਬਿਮਾਰੀ ਤੋਂ ਲੈ ਕੇ ਕੈਂਸਰ ਤੱਕ ਦੀ ਬਿਮਾਰੀ ਠੀਕ ਕਰਦਾ, ਅਜਿਹਾ ਕੀ ਤੁਸੀਂ ਜੂਸ ਤਿਆਰ ਕਰਦੇ ਹੋ ਅਤੇ ਕਾਹਦਾ ਤਿਆਰ ਕਰਦੇ ਹੋ? ਹਾਂਜੀ ਹਾਂਜੀ, ਜਿਵੇਂ ਵਾਹਿਗੁਰੂ ਜੀ ਆਪਾਂ ਪੇਟ ਗੈਸ ਤੋਂ ਲੈ ਕੇ ਕੈਂਸਰ ਤੱਕ ਸੰਗਤਾਂ ਯਾਤਰਾ ਕਰ ਰਹੀਆਂ ਆ, ਤਾਂ ਕਰ ਰਹੀਆਂ ਕਿ ਸਾਡਾ ਸਿਰਫ ਖਾਣ ਪੀਣ ਦਾ ਤਰੀਕਾ ਗਲਤ ਆ, ਬਿਮਾਰੀ ਕੈਂਸਰ ਵੀ ਨਹੀਂ ਹੈਗੀ। ਕਿਉਂਕਿ ਕੋਈ ਵੀ ਬੰਦਾ ਕੁਝ ਖਾਣਾ ਭੋਜਨ ਖਾ ਰਿਹਾ ਆ, ਰਾਤ ਨੂੰ ਭੋਜਨ ਖਾ ਕੇ ਸੌ ਰਿਹਾ, ਸਵੇਰੇ ਉੱਠਦਿਆਂ ਸਾਰ ਭੋਜਨ ਦੀ ਫਿਰ ਤਿਆਰੀ ਹੋ ਰਹੀ ਆ। ਮੈਂ ਸੰਗਤਾਂ ਨੂੰ ਦੋ ਚੀਜ਼ਾਂ ਆਖ ਦਿੰਦਾ ਆ, ਇੱਕ ਸਵੇਰ ਦੀ ਚਾਹ ਛੱਡ ਦਿਓ ਅਤੇ ਇੱਕ ਰਾਤ ਦੀ ਰੋਟੀ ਛੱਡ ਦਿਓ, ਤੁਸੀਂ 40-50% ਬਿਮਾਰੀਆਂ ਤੁਹਾਡੀਆਂ ਬਿਲਕੁਲ ਖਤਮ ਹੋ ਜਾਣਗੀਆਂ। ਕਿਸ ਤਰ੍ਹਾਂ ਦੇ ਪੰਜਾਬੀ ਦੇ ਖਾਸ ਕਰਕੇ ਜਿਵੇਂ ਕਹਿੰਦੇ ਚਾਹ ਤਾਂ ਚੱਲਦੀ ਆ, ਸਵੇਰੇ ਦੁਪਹਿਰ ਚਾਹ, ਰਾਤ ਨੂੰ ਚਾਹ, ਹਰ ਟਾਈਮ ਚਾਹ, ਜੇ ਕਿਤੇ ਭੈਣ ਭਰਾ ਆ ਜਾਂਦਾ ਕਿਤੇ ਵੰਡ ਜਾਣਾ ਪੈਂਦਾ ਅਤੇ ਚਾਹ ਬਣਾ ਲਓ, ਚਾਹ ਜਿਹੜੀ ਆ ਪਹਿਲੋਂ ਪ੍ਰਧਾਨ ਕੀਤੀ ਜਾਂਦੀ, ਫਿਰ ਛੱਡਣਾ ਕਿੱਦਾਂ ਚਾਹ ਹੈ? ਨਹੀਂ, ਚਾਹ ਦੇ ਵਿੱਚ ਵਾਹਿਗੁਰੂ ਆਪਾਂ ਨਾ ਇੱਥੇ ਨੌਲੇਜ ਸ਼ੇਅਰ ਕਰ ਰਹੇ ਹਾਂ, ਜ਼ਿਆਦਾ ਤੋਂ ਜ਼ਿਆਦਾ ਨੌਲੇਜ ਸ਼ੇਅਰ ਕਰ ਰਹੇ ਹਾਂ ਕਿ ਬਿਮਾਰੀ ਨਹੀਂ ਕੋਈ ਹੈਗੀ, ਸਿਰਫ ਆਪਣਾ ਖਾਣ ਪੀਣ ਗਲਤ ਆ। ਇਸ ਕਰਕੇ ਕਿਉਂਕਿ ਸਾਨੂੰ ਜਦੋਂ ਸਾਡੇ ਹਿੰਦੁਸਤਾਨ ਦੇ ਵਿੱਚ ਅੰਗਰੇਜ਼ ਆਏ ਆ, ਅੰਗਰੇਜ਼ਾਂ ਨੇ ਆਉਂਦਿਆਂ ਸਾਰ ਸਾਡੀ ਸੱਭਿਆ 'ਤੇ ਅਟੈਕ ਕੀਤਾ ਆ, ਠੀਕ ਹੈ ਜੀ। ਉਹਨਾਂ ਸਾਡੀ ਨੌਲੇਜ ਉਹਨਾਂ ਨੌਲੇਜ ਸਾਡੀ ਸਾਰੀ ਛੀਨ ਲਈ ਆ ਸਾਡੇ ਕੋਲੋਂ, ਠੀਕ ਹੈ ਜੀ। ਨੌਲੇਜ ਜਿਹੜੀ ਆ, ਨੌਲੇਜ ਹੀ ਸਾਨੂੰ ਨੌਲੇਜ ਦੀ ਲੋੜ ਆ, ਨਾ ਸਾਨੂੰ ਹੋਸਪਿਟਲ ਦੀ ਲੋੜ ਆ, ਨਾ ਸਾਨੂੰ ਮੈਡੀਕਲ ਸਟੋਰ ਦੀ ਲੋੜ ਆ, ਅਤੇ ਨਾ ਹੀ ਕਿਸੇ ਹੋਰ ਚੀਜ਼ ਦੀ ਲੋੜ ਆ। ਅਸੀਂ ਸੰਗਤਾਂ ਨੂੰ ਇੱਥੇ ਵੀ ਆਪਾਂ ਐਜ ਏ ਕੋਚਿੰਗ ਦੇ ਰਹੇ ਹਾਂ ਸੰਗਤਾਂ ਨੂੰ ਕਿ ਸਾਡੇ ਕੋਲੋਂ ਵੀ ਕੁਛ ਨਾ ਲੈ ਕੇ ਜਾਇਆ ਜਾਏ, ਪਰ ਸਾਡੇ ਕੋਲ ਜਿਹੜੀ ਨੌਲੇਜ ਹੈਗੀ ਆ, ਨੌਲੇਜ ਲੈ ਕੇ ਜਾਇਆ ਜਾਏ, ਘਰ ਜਾ ਕੇ ਉੱਤੇ ਅਸਰ ਕਰ ਲਓ, ਅਮਲ ਕਰ ਲਓ, ਆਪਾਂ ਠੀਕ ਹੋ ਜਾਵਾਂਗੇ। ਕੀ ਲੱਗਦਾ ਵੀ ਤੁਹਾਡੀ ਨੌਲੇਜ ਦੇ ਨਾਲ ਜਿਹੜੇ ਕਿ ਡਾਕਟਰਾਂ ਦੇ ਮਹਿੰਗੇ ਮਹਿੰਗੇ ਇਹਨਾਂ ਦੇ ਜਿਹੜੇ ਕਿ ਬਿੱਲ ਨੇ ਜਾਂ ਕਹਿ ਲਓ ਵੀ ਮਹਿੰਗੀ ਮਹਿੰਗੀ ਦਵਾਈਆਂ ਆਉਂਦੀਆਂ ਨੇ, ਅਸੀਂ ਦੇਖਿਆ ਵੀ ਲੋਕ ਲੱਖਾਂ ਦੀ ਦਵਾਈਆਂ ਖਰਚ ਕੇ ਆਪਣਾ ਸਰੀਰ ਖਰਾਬ ਕਰ ਲੈਂਦੇ ਨੇ, ਕੀ ਲੱਗਦਾ ਵੀ ਤੁਹਾਡੀ ਨੌਲੇਜ ਦੇ ਨਾਲ ਇਹਨਾਂ ਦਾ ਛੁਟਕਾਰਾ ਹੋਜੂਗਾ, ਵੱਡੇ ਵੱਡੇ ਡਾਕਟਰਾਂ ਜਿਹੜਾ ਬਿੱਲ ਜਿਹੜੇ ਦਿੰਦੇ ਨੇ ਉਹਨਾਂ ਦਾ ਬਚਾਅ ਹੋਜੂਗਾ? ਜੀ ਜੀ ਬਿਲਕੁਲ 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 ਭਾਅ ਜੀ, ਆਪਾਂ ਇਹੋ ਗੱਲ ਕਰਾਂਗੇ। ਜਿਵੇਂ ਇੱਕ ਨਿੱਕੀ ਜੀ ਆਪਾਂ ਗੱਲ ਕਰਦੇ ਹਾਂ, ਗੱਲ ਤਾਂ ਵੈਸੇ ਇਨਸੁਲਿਨ ਦੀ ਆਪਾਂ ਕਰਦੇ ਹਾਂ, ਇਨਸੁਲਿਨ ਦੀ ਟੀਕਾ ਲੱਗ ਰਿਹਾ ਸੰਗਤਾਂ ਨੂੰ, ਕਿਸੇ ਨੂੰ ਪੈਨਕਰਿਆ ਕਿਸੇ ਦਾ ਕੰਮ ਨਹੀਂ ਕਰ ਰਹੀ, ਠੀਕ ਹੈ ਜੀ। ਇਨਸੁਲਿਨ ਦਾ ਟੀਕਾ ਲੱਗ ਰਿਹਾ ਕਿ ਉਹਦੀ ਪੈਨਕਰਿਆ ਨਹੀਂ ਚੱਲਦੀ ਪਈ, ਤਾਂ ਟੀਕਾ ਲਾ ਰਿਹਾ ਤਾਂ ਡਾਕਟਰ ਆਖਦੇ ਆ ਕਿ ਜਿਹਨੂੰ ਟੀਕਾ ਇੱਕ ਵਾਰ ਇਨਸੁਲਿਨ ਦਾ ਸਟਾਰਟ ਹੋ ਗਿਆ ਉਹ ਮਰਨ ਤੱਕ ਟੀਕਾ ਲੱਗੇਗਾ, ਠੀਕ ਹੈ ਜੀ। ਪਰ ਅਸੀਂ ਇੱਥੇ ਦਾਅਵਾ ਕਰਦੇ ਹਾਂ ਕਿ ਜਿਹੜਾ ਸਾਡੇ ਕੋਲ ਆ ਜਾਵੇਗਾ, ਅਸੀਂ ਕੁਛ ਦਿਨਾਂ ਤੋਂ ਕਿ ਪਹਿਲੇ ਦਿਨ ਤੋਂ ਮੈਂ ਇਨਸੁਲਿਨ ਦਾ ਟੀਕਾ ਬੰਦ ਕਰਵਾ ਸਕਦਾ, ਕੋਈ ਦਵਾਈ ਨਹੀਂ ਦਿੱਤੀ ਜਾਏਗੀ, ਕੁਛ ਨਹੀਂ ਦਿੱਤਾ ਜਾਏਗਾ, ਸਿਰਫ ਉਹਦਾ ਡਾਇਟ ਚਾਰਟ ਸਹੀ ਕਰਕੇ ਆਪਾਂ ਉਹਨੂੰ ਠੀਕ ਕਰ ਸਕਦੇ ਹਾਂ। ਕਿਸ ਤਰ੍ਹਾਂ ਡਾਇਟ ਚਾਰਟ ਆ, ਸਵੇਰ ਦੀ ਸ਼ੁਰੂਆਤ ਕਿਸ ਤਰ੍ਹਾਂ ਕਰਦੇ ਦਰਸ਼ਕਾਂ ਨੂੰ ਸਾਂਝਾ ਕਰਦੇ ਹੋ? ਕਿਉਂ ਸਾਡੇ ਲੋਕਾਂ ਦੀ ਸ਼ੁਰੂਆਤ ਜਿਵੇਂ ਗੱਲ ਕੀਤੀ ਵੀ ਚਾਹ ਤੋਂ ਸਟਾਰਟ ਹੁੰਦੀ ਆ, ਚਾਹ ਦੇ ਨਾਲ ਪਰੌਂਠੇ ਹੁੰਦੇ ਨੇ,
ਇਹ ਸ਼ਰਵਾ ਕਰਦੇ ਨੇ, ਉਸ ਤੋਂ ਬਾਅਦ ਦੇਣ ਦੀ ਪ੍ਰਕਿਰਿਆ ਹੁੰਦੀ ਆ, ਤੁਸੀਂ ਕਿਸ ਤਰ੍ਹਾਂ ਦੇਣ ਦੀ ਸ਼ਰਵਾ ਕਰਦੇ ਹੋ? ਜਿਵੇਂ ਭਾਅ ਜੀ ਤੁਸੀਂ ਆਪਾਂ ਗੱਲ ਕਰ ਰਹੇ ਹਾਂ ਕਿ ਚਾਹ ਦੇ ਨਾਲ ਪਰੌਂਠੇ ਹੁੰਦੇ ਆ, ਇੱਕ ਲੂਣ ਦੇ ਨਾਲ, ਜਦੋਂ ਲੂਣ ਦੇ ਦੁੱਧ ਦੇ ਨਾਲ ਲੂਣ ਟੱਚ ਹੁੰਦਾ ਉਹ ਜ਼ਹਿਰ ਬਣ ਜਾਂਦਾ। ਨਾਲ ਅਸੀਂ ਵਿਰੋਧੀ ਚੀਜ਼ਾਂ ਵੀ ਦੱਸਾਂਗੇ ਸੰਗਤਾਂ ਨੂੰ ਕਿ ਕਿਹੜੀ ਵਿਰੋਧੀ ਚੀਜ਼ ਕਿੱਦਾਂ ਖਾਣੀ ਆ, ਕਿੱਦਾਂ ਨਹੀਂ ਖਾਣੀ। ਅਗਰ ਜਿਵੇਂ ਦੁੱਧ ਦੇ ਨਾਲ ਚਾਹ ਦੇ ਵਿੱਚ ਦੁੱਧ ਪੈਣਾ ਹੀ ਪੈਣਾ ਜੀ, ਠੀਕ ਹੈ, ਅਤੇ ਜਿਹੜੀ ਪਰੌਂਠੀ ਆ ਉਹਦੇ ਵਿੱਚ ਲੂਣ ਪਿਆ ਹੋਇਆ ਆ, ਦੂਜੇ ਨੰਬਰ 'ਤੇ ਉਹਦੇ ਉੱਤੇ ਜਦੋਂ ਘਿਓ ਲਾਇਆ ਹੋਇਆ ਆ ਉਹ ਹਾਈ ਕੈਲਰੀ ਬਣ ਗਈ ਆ, ਹਾਈ ਕੈਲਰੀ ਬਣ ਗਈ ਆ, ਅਤੇ ਹਾਈ ਕੈਲਰੀ ਕਿਸੇ ਨੂੰ ਕੰਜ਼ਿਊਮ ਨਹੀਂ ਹੋਣੀ, ਉਹ ਲੀਵਰ 'ਤੇ ਬੈਠ ਜਾਣੀ ਆ ਜਾ ਕੇ, ਠੀਕ ਹੈ ਜੀ। ਇਸ ਕਰਕੇ ਸੰਗਤਾਂ ਨੂੰ ਕੁਛ ਨਾ ਕੁਛ ਵਿਰੋਧੀ ਚੀਜ਼ਾਂ ਦੱਸ ਰਹੇ ਹਾਂ ਕਿ ਜਿਹਦੇ ਨਾਲ ਸੰਗਤਾਂ ਠੀਕ ਹੋ ਰਹੀਆਂ ਜੀ। ਅਤੇ ਮੈਨੂੰ ਇਸ ਤੋਂ ਵੀ ਅਸੀਂ ਦੇਖਿਆ ਤੁਸੀਂ ਇੱਕ ਜੂਸ ਹੀ ਤਿਆਰ ਕਰਦੇ ਹੋ ਜਿਹਦੇ ਨਾਲ ਬਿਮਾਰੀਆਂ ਠੀਕ ਕਰਦੇ ਹੋ, ਕਹਿੰਦੇ ਕੈਂਸਰ ਤੱਕ ਬਿਮਾਰੀ ਠੀਕ ਹੁੰਦੀ ਹੈ, ਦਰਸ਼ਕਾਂ ਨੂੰ ਸਾਂਝਾ ਕਰਦੇ ਹੋ, ਇਹ ਜੂਸ ਕਾਹਦਾ ਵਾ? ਅਸੀਂ ਦੇਖਦੇ ਵੀ ਜ਼ਿਆਦਾਤਰ ਫਲਾਂ ਦੇ ਜੂਸ ਹੁੰਦੇ ਨੇ, ਅਨਾਰ ਨੂੰ ਡਾਕਟਰ ਜੂਸ ਕਹਿੰਦੇ ਨੇ, ਤੁਹਾਡੇ ਕੋਲ ਕਿਸ ਤਰ੍ਹਾਂ ਸਪੈਸ਼ਲ ਆ ਜਿਹੜਾ ਜੂਸ ਹੈ? ਜਿਵੇਂ ਆਪਾਂ ਇਹ ਸਰਬ ਲੋਹੇ ਦੇ ਬਰਤਨ ਦੇ ਵਿੱਚ ਜੂਸ ਤਿਆਰ ਕਰ ਰਹੇ ਹਾਂ, ਠੀਕ ਹੈ ਜੀ। ਸਰਬ ਲੋਹੇ ਦੀ ਕੜਾਹੀ ਆ, ਇਹਦੇ ਵਿੱਚ ਦਾਲਚੀਨੀ ਆ, ਮਲੱਠੀ ਆ, ਸੌਂਫ ਆ, ਕਾਲੀ ਮਿਰਚ ਆ, ਕਿੱਕਰ ਦੀ ਫਲੀ ਆ, ਬੇਰ ਹੈ, ਨਾਭ ਹੈ, ਚਿੱਬੜ ਹੈ, ਨਿੰਬੂ ਆ, ਚਕੰਦਰ ਆ, ਠੀਕ ਹੈ, ਆਮਲਾ ਆ, ਇਹਦੇ ਵਿੱਚ ਹੋਰ ਵੀ ਚੀਜ਼ਾਂ ਪਾਈਆਂ ਜਾਂਦੀਆਂ। ਸਰਬ ਲੋਹੇ ਦੀ ਕੜਾਹੀ ਆ, ਇੱਕ ਆਪਣਾ ਨਮਕ ਹੈ, ਮਸਾਲਾ ਆ, ਕਾਫੀ ਚੀਜ਼ਾਂ ਤੋਂ ਇਹ ਜੂਸ ਤਿਆਰ ਹੋ ਰਿਹਾ ਆ, ਜਿਹਦੇ ਨਾਲ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਠੀਕ ਹੈ ਕਿਸ ਤਰ੍ਹਾਂ ਹੋ ਰਿਹਾ। ਜਿਵੇਂ ਸਾਡੀ ਨਾਭੀ ਆ, ਨਾਭੀ ਦੇ ਕੋਲ ਇੱਕ ਛੋਟੀ ਆਂਤ, ਇੱਕ ਵੱਡੀ ਆਂਤ ਆ, ਛੋਟੀ ਆਂਤ ਕਮ ਸੇ ਕਮ 2.5 ਫੁੱਟ ਦੀ ਆ, ਠੀਕ ਹੈ ਜੀ, ਅਤੇ ਉਹ ਹੈ ਵੀ ਇਸੇ ਤਰ੍ਹਾਂ ਚੱਲਦੀ ਆ ਜਿਵੇਂ ਪੈਨ ਕਿਰਿਆ, ਆਪਣੀ ਪੈਨ ਕਿਰਿਆ ਇਸ ਤਰ੍ਹਾਂ ਮੁਰਗੇ ਦੇ ਵਿੱਚ ਆ, ਬੱਕਰੇ ਦੇ ਵਿੱਚ ਆ, ਇੱਦਾਂ ਹੀ ਬੰਦੇ ਦੇ ਵਿੱਚ ਆ, ਇਹੀ ਪੈਨ ਕਿਰਿਆ ਇੱਦਾਂ ਘੁੰਮਣੀ ਆ ਜੀ। ਇਹ ਪੈਨ ਕਿਰਿਆ ਜਿਹੜੇ ਜੋੜ ਆ, ਜੋੜਾਂ ਦੇ ਵਿੱਚ ਕਚਰਾ ਜੰਮ ਜਾਂਦਾ, ਜੋ ਵੀ ਅਸੀਂ ਮੈਦਾ ਜਾਂ ਮੈਦੇ ਤੋਂ ਬਣੀਆਂ ਚੀਜ਼ਾਂ ਖਾਂਦੇ ਹਾਂ, ਰਿਫਾਇੰਡ ਗਗਨ, ਡਾਲਡਾ, ਰਿਫਾਇੰਡ ਰੁਚੀ ਜਾਂ ਕੁਛ ਵੀ ਆ, ਮੈਂ ਬੇਝਿਜਕ ਹਰ ਚੀਜ਼ ਦਾ ਨਾਂ ਲਵਾਂਗਾ, ਕਿਉਂਕਿ ਮੈਨੂੰ ਕਿਸੇ ਵੀ ਚੀਜ਼ ਦਾ, ਕਿਉਂਕਿ ਆਪਾਂ ਕਿਸੇ ਕੰਪਨੀ ਕੋਲ ਲੈ ਨਹੀਂ ਰਹੇ ਅਤੇ ਨਾ ਹੀ ਆਪਾਂ ਨੂੰ ਕੋਈ ਡਰ ਵਾਲੀ ਗੱਲ ਆ, ਠੀਕ ਹੈ ਜੀ। ਅਤੇ ਅਸੀਂ ਸੰਗਤਾਂ ਨੂੰ ਬਿਲਕੁਲ ਰਸੋਈ ਦੇ ਨਾਲ ਜੋੜੇ ਹਾਂ ਅਤੇ ਹਰ ਇੱਕ ਬਿਮਾਰੀ ਦਾ ਇਲਾਜ ਕਰ ਰਹੇ, ਬਿਮਾਰੀ ਕੋਈ ਨਹੀਂ ਹੈਗੀ, ਇਸ ਚੀਜ਼ ਦਾ ਐਲਾਨ ਹੈ, ਮੈਂ ਲਾਈਵ ਬੋਲਦਾ ਪਿਆ, ਕੋਈ ਵੀ ਮੇਰੇ ਕੋਲ ਕਦੇ ਵੀ ਆ ਕੇ ਠੀਕ ਹੋਣ ਦੀ ਕੋਸ਼ਿਸ਼ ਕਰ ਸਕਦਾ, ਆਪਾਂ ਠੀਕ ਕਰ ਸਕਦੇ ਹਾਂ। ਤੁਸੀਂ ਦੇਖਿਆ ਕਿ ਲੋਕਾਂ ਨੂੰ ਇਹ ਬੜੀ ਪ੍ਰੋਬਲਮ, ਕਹਿੰਦੇ ਸਾਡੇ ਲੀਵਰ ਬੜੇ ਖਰਾਬ ਹੋ ਰਹੇ ਨੇ, ਲੀਵਰ ਡੈਮੇਜ ਹੋ ਗਏ ਨੇ ਜਾਂ ਲੀਵਰ ਦੀ ਬੜੀ ਪ੍ਰੋਬਲਮ ਆ ਨੇ। ਅਸੀਂ ਦੇਖਿਆ ਕਈ ਲੋਕ ਸ਼ਰਾਬ ਪੀਂਦੇ ਨੇ ਸ਼ਾਇਦ ਤਾਂ ਲੀਵਰ ਖਰਾਬ ਹੋ ਜਾਂਦਾ, ਕਈ ਸ਼ਰਾਬ ਨਹੀਂ ਪੀਂਦੇ ਉਹਨਾਂ ਦਾ ਲੀਵਰ ਵੀ ਫੈਟੀ ਲੀਵਰ ਆ ਜਾਂਦਾ, ਇਹ ਕਿਸ ਤਰ੍ਹਾਂ ਮੁਸ਼ਕਲ ਆਉਂਦੀ ਹੈ? ਲੀਵਰ ਫੈਟੀ ਆਉਣ ਦਾ ਕਾਰਨ ਸ਼੍ਰੀਮਾਨ ਜੀ ਇਹੀ ਹੁੰਦਾ ਆ ਕਿ ਖਾਣ ਪੀਣ ਗਲਤ ਆ। ਜਿਵੇਂ ਹੁਣ ਮੰਨ ਲਓ, ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਆਪਾਂ ਲੂਣ ਦੇ ਨਾਲ ਦੁੱਧ ਦੀ ਗੱਲ ਕੀਤੀ ਆ, ਰਾਤ ਨੂੰ ਦਹੀਂ ਨਹੀਂ ਖਾਣਾ, ਦਹੀਂ ਦੇ ਨਾਲ ਖੀਰਾ ਨਹੀਂ ਖਾਣਾ, ਤਾਂ ਲੋਕ ਦਹੀਂ ਦੇ ਵਿੱਚ ਖੀਰਾ ਪਾ ਕੇ ਖਾ ਰਹੇ ਆ, ਠੀਕ ਹੈ ਜੀ। ਇਸ ਤਰ੍ਹਾਂ ਵਿਰੋਧੀ ਚੀਜ਼ਾਂ ਬਹੁਤ ਜ਼ਿਆਦਾ ਦੱਸਾਂਗੇ, ਠੀਕ ਹੈ। ਤਾਂ ਬਾਕੀ ਆਪਣਾ ਜੂਸ ਜਿਹੜਾ ਜਦੋਂ ਆਪਣੀ ਪੈਨ ਕਿਰਿਆ, ਜਦੋਂ ਛੋਟੀ ਆਂਤ ਕਮ ਸੇ ਕਮ 2.5 ਫੁੱਟ ਦੀ ਆ, ਜਦੋਂ ਕਲੀਨ ਹੋ ਗਈ, ਸਾਫ਼ ਹੋ ਗਈ, ਅੱਧਿਓਂ ਜ਼ਿਆਦਾ ਬੰਦਾ ਵੈਸੇ ਹੀ ਠੀਕ ਹੋ ਜਾਏਗਾ। ਜੇਕਰ ਕਿਸੇ ਨੂੰ ਕੋਈ ਬਿਮਾਰੀ ਆ, ਕਿਸੇ ਨੂੰ ਕੋਈ ਪ੍ਰੋਬਲਮ ਆ ਜਿਹੜਾ ਕਿ ਡਾਕਟਰੀ ਇਲਾਜ ਕਰਕੇ ਥੱਕ ਚੁੱਕਿਆ ਵਾ, ਮਹਿੰਗੇ ਮਹਿੰਗੇ ਇਲਾਜ ਕਰਾ ਚੁੱਕਿਆ, ਜੇਕਰ ਤੁਹਾਡਾ ਜੂਸ ਪੀਂਦਾ ਤਾਂ ਮੰਨ ਲਓ ਕਿੰਨੇ ਦਿਨਾਂ 'ਚ ਉਸ ਆਰਾਮ ਆ ਜਾਏਗਾ, ਕਿੰਨੇ ਦਿਨਾਂ 'ਚ ਠੀਕ ਹੋ ਜਾਏਗਾ ਜੂਸ ਪੀਣ ਵਾਲਾ? ਉਹਨੂੰ ਭਾਅ ਜੀ ਪਹਿਲੇ ਦਿਨ ਤੋਂ ਰਿਜ਼ਲਟ ਆਏਗਾ। ਵੈਸੇ ਤਾਂ ਲੀਵਰ ਦੇ ਵਿੱਚ ਐਂਜਾਈਮ ਬਣਦੇ ਆ, ਪਰ ਰਿਲੀਜ਼ ਬ੍ਰੇਨ ਨੇ ਕਰਨੇ ਹੁੰਦੇ ਆ, ਠੀਕ ਹੈ ਜੀ। 72 ਘੰਟੇ 3 ਦਿਨ ਐਂਜਾਈਮ ਬਣਦੇ ਆ, ਜਿਹੜੇ ਨਵੇਂ ਐਂਜਾਈਮ ਬਣਨੇ ਆ, ਜਿਵੇਂ ਮੰਨ ਲਓ ਆਪਾਂ ਗੱਲ ਖਾਣ ਦੀ ਕਰ ਰਹੇ ਹਾਂ, ਚੌਲ ਅਤੇ ਕਣਕ, ਇਹ ਕਣਕ ਚੌਲ ਸੰਗਤਾਂ ਇਕੱਠੀਆਂ ਖਾ ਰਹੀਆਂ, ਠੀਕ ਹੈ। ਜਦੋਂ ਚੌਲ ਨੂੰ ਹਜ਼ਮ ਕਰਨਾ, ਉਹਦੇ ਐਂਜਾਈਮ ਅਲੱਗ ਲੱਗਣੇ ਆ, ਕਣਕ ਦੇ ਐਂਜਾਈਮ ਅਲੱਗ ਬਣਨੇ ਆ, ਲੀਵਰ ਨੇ ਤਿਆਰ ਕਰਨੇ ਆ, ਪਰ ਅਸੀਂ ਇਕੱਠੇ ਖਾ ਰਹੇ ਹਾਂ, ਰੋਟੀ ਨਾਲ ਪਾਣੀ ਲੈ ਰਹੇ ਹਾਂ, ਬੜੀਆਂ ਚੀਜ਼ਾਂ ਹੈਗੀਆਂ ਜੀ ਜਿਹੜੀਆਂ ਚੀਜ਼ਾਂ ਕਰਕੇ ਸੰਗਤਾਂ ਬਿਮਾਰ ਹੋ ਰਹੀਆਂ,
ਮੈਂ ਬਾਰ ਬਾਰ ਇੱਕ ਗੱਲ ਕਰਦਾ ਨਾ ਕਿ ਸੰਗਤਾਂ ਨੂੰ ਗੁੰਮਰਾਹ ਨਾ ਕੀਤਾ ਜਾਵੇ ਡਾਕਟਰਾਂ ਵੈਦਾਂ ਵੱਲੋਂ। ਚਲੋ ਅਸੀਂ ਐਜ ਏ ਕੋਚਿੰਗ ਦੇ ਰਹੇ ਹਾਂ, ਜਿੰਨੀ ਕੁ ਨੌਲੇਜ ਆਪਣੀ ਨੌਲੇਜ ਅਨੁਸਾਰ ਮੈਂ ਹਰ ਬਿਮਾਰੀ ਨੂੰ ਠੀਕ ਕਰ ਸਕਦਾ ਜੀ। ਅਸੀਂ ਦੇਖਿਆ ਸਰਦਾਰ ਜੀ, ਖਾਸ ਕਰਕੇ ਅੱਜ ਕੱਲ੍ਹ ਦੇ ਨੌਜਵਾਨ ਨੇ ਜਾਂ ਮੁੰਡੇ ਕੁੜੀਆਂ ਨੇ, ਉਹਨਾਂ ਦੀ ਇੱਕ ਤਾਂ ਵਾਲ ਜਿਹੜੇ ਕਿ ਪਹਿਲੋਂ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਨੇ, ਅਸੀਂ ਦੇਖਿਆ ਵਾਧੇ ਫੁੱਲਦੇ ਨਹੀਂ ਹੈ, ਉਹਨਾਂ ਦਾ ਕੱਦ ਕਾਂਡ ਨਹੀਂ ਵੱਧਦਾ। ਜਿਵੇਂ ਪਹਿਲਾਂ ਪੰਜਾਬ ਦੇ ਨੌਜਵਾਨ ਹੁੰਦੇ ਸੀ ਬੜੇ ਉੱਚੇ ਲੰਬੇ ਜਵਾਨ ਹੁੰਦੇ ਸੀ, ਤੁਹਾਡੇ ਹੀ ਹੁੰਦੇ ਸੀ, ਪਰ ਅੱਜ ਕੱਲ੍ਹ ਬੜੇ ਵੇਖਣ ਨੂੰ ਮਿਲਦੇ ਨਹੀਂ ਆ, 5 ਫੁੱਟ ਤੋਂ ਵੱਧ ਕਿਸੇ ਦਾ ਕੱਦ ਵੱਧਦਾ ਨਹੀਂ ਆ। ਕੀ ਲੱਗਦਾ ਕਿੱਥੇ ਕਮੀ ਮਹਿਸੂਸ ਕਰਦੇ ਹੋ, ਕਿੱਥੇ ਸਾਡੇ ਬੱਚਿਆਂ 'ਚ ਜਿਹੜੀ ਉਹ ਪ੍ਰੋਟੀਨ ਦੀ ਕਮੀ ਜਾਂ ਕਾਹਦੀ ਕਮੀ ਮਹਿਸੂਸ ਪਾਈ ਜਾਂਦੀ ਹੈ? ਇਹਦੇ ਵਿੱਚ ਖਾਣ ਪੀਣ ਦਾ ਹੀ ਤਰੀਕਾ ਆ ਰਿਹਾ, ਜਿਵੇਂ ਹੁਣ ਸ਼ਾਮ ਹੋ ਰਹੀ ਆ, ਲਾਈਟਾਂ ਜਾਗ ਰਹੀਆਂ ਆ। ਸੰਗਤਾਂ ਦਾ ਇੱਕ ਇਕੱਲਾ ਮਨੁੱਖ ਇਹੋ ਜਿਹਾ ਜਾਨਵਰ ਆ ਜਿਹੜਾ ਸਾਰੀ ਉਮਰ ਜਾਨਵਰਾਂ ਦਾ ਦੁੱਧ ਪੀਂਦਾ ਆ। ਮਨੁੱਖ ਇਕੱਲਾ ਇੱਕ ਇਹੋ ਜਿਹਾ ਜਾਨਵਰ ਆ ਕਿ ਜਿਹੜਾ ਸਾਰੀ ਉਮਰ ਜਾਨਵਰਾਂ ਦਾ ਦੁੱਧ ਪੀਂਦਾ ਆ। ਦੁੱਧ ਕੋਈ ਪੀਣ ਵਾਲੀ ਚੀਜ਼ ਨਹੀਂ ਆ, ਸੋਇਆਬੀਨ ਖਾਣ ਵਾਲੀ ਚੀਜ਼ ਨਹੀਂ ਆ, ਚਾਂਪਾਂ ਚਾਲੀਆਂ ਨਿਊਡਲ ਸਪਰਿੰਗ ਰੋਲ ਚੱਲ ਰਹੇ ਆ, ਜਿਹੜੇ ਕਿ ਅੰਦਰ ਜਾ ਕੇ ਇਹਨਾਂ ਨੇ ਖਾ ਲੈਣਾ, ਮੋਬਾਈਲ ਹੱਥ ਦੇ ਵਿੱਚ ਆ ਜਾਂ LCDਆਂ ਚੱਲਦੀਆਂ ਪਈਆਂ, ਰਿਮੋਟ ਹੱਥ ਦੇ ਵਿੱਚ ਆ, ਇੱਦਾਂ ਹੀ ਸੰਗਤਾਂ ਨੇ ਸੌਂ ਜਾਣਾ ਜੀ। ਅਤੇ ਰਾਤ 12-12 ਵਜੇ ਤੱਕ ਪ੍ਰੋਗਰਾਮ ਚੱਲਦਾ ਆ, ਠੀਕ ਹੈ ਜੀ। ਅਗਰ ਖਾਧਾ ਹੋਇਆ ਭੋਜਨ ਹਜ਼ਮ ਹੋ ਜਾਵੇ ਆਪਾਂ ਠੀਕ ਰਹਾਂਗੇ, ਅਗਰ ਖਾਧਾ ਹੋਇਆ ਭੋਜਨ ਹਜ਼ਮ ਨਹੀਂ ਹੋ ਰਿਹਾ ਤਾਂ ਹਰ ਬਿਮਾਰੀ, ਹਰ ਮੋਟਾਪਾ ਆ ਰਿਹਾ ਆ, ਵਾਲ ਚਿੱਟੇ ਹੋ ਰਿਹਾ। ਚਿੱਟੇ ਵਾਲਾਂ ਦੀ ਜਿਵੇਂ ਆਪਾਂ ਗੱਲ ਕੀਤੀ ਤੁਸੀਂ ਭਾਅ ਜੀ ਕਰ ਰਹੇ ਹੋ, ਹੈ ਨਾ, ਚਿੱਟੇ ਵਾਲਾਂ ਦੀ ਗੱਲ ਇਹ ਆ ਕਿ ਸਵੇਰੇ ਉੱਠਦਿਆਂ ਸਾਰ ਆਪਾਂ ਬ੍ਰੱਸ਼ ਕਰਦੇ ਹਾਂ, ਠੀਕ ਹੈ ਜੀ। ਬ੍ਰੱਸ਼ ਦੇ ਵਿੱਚ ਕੈਮੀਕਲ ਆ ਰਿਹਾ, ਠੀਕ ਹੈ ਜੀ। ਉਹ ਤੋਂ ਬਾਅਦ ਸ਼ੈਂਪੂ ਲਾ ਰਹੇ ਹਾਂ, ਉਹਦੇ 'ਚ ਕੈਮੀਕਲ ਆ ਰਿਹਾ। ਆਪਾਂ ਸੋਪ ਸਾਬਣ ਨਾਲ ਨਹਾ ਰਹੇ ਹਾਂ, ਉਹ 'ਚ ਕੈਮੀਕਲ ਆ ਰਿਹਾ। ਅਲਮੋਨੀਅਮ ਦੇ ਬਰਤਨ ਵਰਤ ਰਹੇ ਹਾਂ, ਉਹਦੇ 'ਚ ਜ਼ਹਿਰ ਆ ਰਿਹਾ। ਮਤਲਬ ਹਰ ਚੀਜ਼ ਦੇ ਵਿੱਚ ਜ਼ਹਿਰ ਆ ਰਿਹਾ। ਤਾਂ ਗਰੋਥ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਦੀ ਕਿੱਥੋਂ ਹੋਏਗੀ? ਨੌਜਵਾਨ ਪੀੜ੍ਹੀ ਦੀ ਗਰੋਥ ਨਹੀਂ ਹੋ ਸਕਦੀ। ਇਸ ਕਰਕੇ ਖਾਣ ਪੀਣ ਦਾ ਤਾਂ ਚਲੋ ਜਿਹੜਾ ਆਪਾਂ ਇਲਾਜ ਕਰਨਾ ਹੀ ਕਰਨਾ ਆ, ਨਾਲ ਜਿਹੜੇ ਕੈਮੀਕਲ ਯੁਕਤ ਸ਼ੈਂਪੂ ਆ, ਕੈਮੀਕਲ ਯੁਕਤ ਆਪਾਂ ਕੋਲਗੇਟਾਂ ਜਾਂ ਕੁਛ ਵੀ ਕੋਈ ਚੀਜ਼ ਲੈ ਰਹੇ ਹਾਂ, ਉਹਨਾਂ 'ਤੇ ਵੀ ਪਰਹੇਜ਼ ਕਰਨ ਦੀ ਜ਼ਰੂਰਤ ਹੈ। ਤੁਸੀਂ ਜਿਹੜੇ ਸਰਵ ਲੋਅ ਦੇ ਭਾਂਡੇ ਜਿਹੜੇ ਵਰਤੋਂ ਕਰਦੇ, ਅਸੀਂ ਦੇਖਿਆ ਤੁਸੀਂ ਲੋਹੇ ਦੇ ਭਾਂਡੇ ਅਤੇ ਖਾਸ ਕਰਕੇ ਸਰਵ ਲੋਅ ਦੇ ਬਾਟੇ ਵੀ ਤਿਆਰ, ਇਹਨਾਂ ਦੀ ਵਰਤੋਂ ਕਰਦੇ ਹੋ, ਕੀ ਲੱਗਦਾ ਵੀ ਇਹਨਾਂ ਦੇ ਵਰਤਣ ਦੇ ਨਾਲ ਜਿਹੜੀਆਂ ਸਾਡੀਆਂ ਬਿਮਾਰੀਆਂ ਵਾ ਜਾਂ ਹੋਰ ਜਿਹੜੇ ਸਾਡੇ ਰੋਗ ਨੇ ਉਹ ਦੂਰ ਹੁੰਦੇ ਨੇ, ਅਤੇ ਕਿਹੜੇ ਕਿਹੜੇ ਰੋਗ ਦੂਰ ਹੁੰਦੇ ਨੇ ਸਰਵ ਲੋਅ ਦੇ ਬਰਤਨ ਦੇ ਨਾਲ ਵਰਤੋਂ ਕਰਦੇ ਨਾਲ? ਜਿਹੜਾ ਸਰਵ ਲੋਅ ਦਾ ਬਰਤਨ ਹੈਗਾ ਵਾਹਿਗੁਰੂ, ਇਹਦੇ ਨਾਲ ਬਾਬਾ ਜੀ ਹਰ ਬਿਮਾਰੀ ਫਰਕ ਪਏਗਾ। ਜਿਵੇਂ ਮੈਂ ਇੱਕ ਨਿੱਕੀ ਜਿਹੀ ਗੱਲ ਕਰਦਾ ਨਾ ਕਿ ਇੱਕ ਜਦੋਂ ਕੋਈ ਧੀ ਭੈਣ ਪ੍ਰੈਗਨੈਂਟ ਹੁੰਦੀ ਆ ਤਾਂ ਡਾਕਟਰ ਜਾਂ ਨਰਸ ਉਸ ਨੂੰ ਆਖ ਦਿੰਦੀ ਆ ਕਿ ਇਹ ਕੈਲਸ਼ੀਅਮ ਅਤੇ ਆਇਰਨ ਤੂੰ ਡੈਗਰ ਲੈਣਾ ਆ 9 ਮਹੀਨੇ ਤੱਕ। ਹਾਂਜੀ, ਹਾਂ, ਮਿੱਟੀ ਦੇ ਵਿੱਚ ਵੀ ਇਹਦਾ ਜਿਹੜਾ ਹੈਗਾ ਨਾ, ਜਿੰਨਾ 'ਚ ਬੋਡੀ ਦੇ ਵਿੱਚ ਜੇ ਲੋਹਾ ਜਾਏਗਾ, ਆਇਰਨ ਜਾਏਗਾ ਤਾਂ ਬੋਡੀ ਆਇਰਨ ਲੋਹਾ ਹੋਏਗੀ। ਅਗਰ ਜੇ ਆਪਾਂ ਅਲਮੋਨੀਅਮ ਦੇ ਬਰਤਨ ਕੁੱਕਰ ਦੀ ਗੱਲ ਕਰਦੇ ਹਾਂ, ਕੁੱਕਰ ਦਾ ਖਾਣਾ 85-90% ਖਾਣਾ ਜਿਹੜਾ ਉਹ ਡੈੱਡ ਹੋ ਜਾਂਦਾ ਆ, ਅਤੇ ਮਰਿਆ ਹੋਇਆ ਖਾਣਾ ਡਸਟਬਿਨ 'ਚ ਪਾਉਣ ਦੀ ਲੋੜ ਆ। ਸੰਗਤਾਂ ਪੇਟ ਨੂੰ ਡਸਟਬਿਨ ਬਣਾ ਕੇ ਬੈਠੀਆਂ, ਜਿਹਦੇ ਕਰਕੇ ਬਿਮਾਰੀ ਆ ਰਹੀ ਆ, ਠੀਕ ਹੈ। ਕੁੱਕਰ ਦਾ ਖਾਣਾ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਆ, ਅਪੀਲ ਆ ਕਿ ਅਲਮੋਨੀਅਮ ਦਾ ਸਿਲਵਰ ਦੇ ਬਰਤਨ ਬੰਦ ਕੀਤੇ ਜਾਣ, ਠੀਕ ਹੈ ਜੀ। ਸਰਵ ਲੋਹੇ ਦੇ ਬਰਤਨ ਵਰਤੇ ਜਾਣ, ਪਿੱਤਲ ਦੇ ਬਰਤਨ ਵਰਤੇ ਜਾਣ, ਜਿਵੇਂ ਸਾਡੇ ਕੋਲ ਪਿੱਤਲ ਦੇ ਬਰਤਨ ਹੈਗੇ ਆ ਜੀ, ਪਿੱਤਲ ਦੇ ਬਰਤਨ ਆਪਾਂ ਵਰਤੇ ਜਾਣ, ਠੀਕ ਹੈ। ਪਿੱਤਲ ਦੇ ਬਰਤਨ ਵੱਡੇ ਵੀ ਬਰਤਨ ਹੈਗੇ, ਸਾਰਾ ਕੁਝ ਸਾਡੇ ਕੋਲ ਹੈਗਾ ਆ। ਅਤੇ ਇਹ ਵੀ ਆਪਾਂ ਕਲੀ ਕਰਾ ਕੇ ਇਹਨੂੰ, ਕਲੀ ਦੇ ਵਿੱਚ ਇਹਦੀ ਅਹਿਮੀਅਤ ਕਲੀ ਦੀ ਆ, ਕੈਲਸ਼ੀਅਮ ਆ, ਠੀਕ ਹੈ ਜੀ। ਇਹ ਭਾਂਡੇ ਵਰਤੇ ਜਾਣ, ਮਿੱਟੀ ਦੇ ਵਰਤੇ ਜਾਣ, ਕਹਿਣ ਦੇ ਵਰਤੇ ਜਾਣ, ਛੰਨੇ ਥਾਲੀਆਂ ਗਲਾਸ, ਠੀਕ ਹੈ ਜੀ।
ਸਰਦਾਰ ਜੀ ਖਾਸ ਕੇ ਜਦੋਂ ਪਿੱਤਲ ਦੇ ਭਾਂਡੇ ਘਰਾਂ ਵਿੱਚ ਹੁੰਦੇ ਸੀ, ਆਮ ਅਸੀਂ ਦੇਖਦੇ ਵੀ ਪੁਰਾਣੇ ਘਰਾਂ 'ਚ ਹੁੰਦੇ ਸੀ, ਲੋਕਾਂ ਦੇ ਘਰਾਂ 'ਚ ਸ਼ਿੰਗਾਰ ਹੁੰਦੀ ਸੀ, ਪਰ ਅਸੀਂ ਦੇਖਿਆ ਨੌਜਵਾਨ ਜ਼ਮਾਨਾ ਬਦਲਦਾ ਆ ਅਤੇ ਲੋਕ ਆਪਣੇ ਸ਼ਿੰਗਾਰ ਘੱਟਦੀ ਗਈ ਆ, ਲੋਕ ਪਿੱਤਲ ਦੇ ਭਾਂਡੇ ਜਿਹੜੇ ਸੀ ਉਹ ਗਾਂਹ ਵੇਚ ਕੇ ਕਹਿੰਦੇ ਪੁਰਾਣੇ ਭਾਂਡੇ ਵੇਚ ਦਿਓ, ਕਈਆਂ ਨੇ ਵਿੱਚ ਸ਼ੁਰੂ ਕਰ ਦਿੱਤੇ ਆ, ਕਿਸ ਤਰ੍ਹਾਂ ਦੇਖਦੇ ਹੋ? ਪਿੱਤਲ ਦੇ ਭਾਂਡੇ ਵਾਕਿਆ ਜੀ ਸਾਰੇ ਖਤਮ ਹੋ ਚੁੱਕੇ ਆ। ਭਾਂਡੇ ਜਿਹੜੇ ਆ ਉਹ ਸਰਕਾਰਾਂ ਨੇ ਆਉਣ ਵਾਲੇ ਸਮੇਂ 'ਚ ਜੰਗ ਲੰਘ ਰਹੀ ਆ ਜੀ, ਉਹਦੀਆਂ ਪਿੱਤਲ ਦੀਆਂ ਗੋਲੀਆਂ ਬਣ ਗਈਆਂ ਜੀ ਪਿੱਤਲ ਦੇ ਭਾਂਡਿਆਂ ਦੀਆਂ। ਅਤੇ ਅਲਮੋਨੀਅਮ ਜਿਹੜਾ ਆ ਸਿਲਵਰ ਆ, ਜਿਵੇਂ ਆਪਾਂ ਸਿਲਵਰ ਦੇ ਬਰਤਨ ਆ ਉਹ ਘਰਾਂ 'ਚ ਲੋਕ ਅੱਜ ਕੱਲ੍ਹ ਟੀ ਵੀ 'ਚ ਮਸ਼ਹੂਰੀਆਂ ਦੇਖ ਕੇ ਹਾਕਿੰਗ ਦਾ ਕੁੱਕਰ ਆ ਗਿਆ ਜਾਂ ਕਿਸ ਚੀਜ਼ ਦਾ ਆ ਗਿਆ ਜੀ, ਉਹ ਚੀਜ਼ਾਂ ਲਿਆ ਕੇ ਆਪਣੇ ਆਪ ਨੂੰ ਸਮੇਂ ਦੀ, ਹਰ ਬੰਦਾ ਆਖਦਾ ਆ ਕਿ ਮੇਰੇ ਕੋਲ ਸਮਾਂ ਹੈ ਨਹੀਂਗਾ, ਪਰ ਸਮਾਂ ਪਹਿਲਾਂ ਪੈਸਾ ਕਮਾਉਣ 'ਤੇ ਲਾਉਂਦੀਆਂ ਸਕਤਾਂ, ਉਹ ਤੋਂ ਬਾਅਦ ਉਹੀ ਪੈਸਾ ਬਿਮਾਰੀ 'ਤੇ ਲਾ ਦਿੰਦੀਆਂ, ਨਾ ਹੈਲਥ ਨਾ ਵੈਲਥ ਸਾਰਾ ਕੁਛ ਖਤਮ ਕਰਕੇ, ਤਾਂ ਫਿਰ ਜਦੋਂ ਲਾਸਟ ਸਟੇਜ ਆ ਜਾਂਦੀ ਆ ਤਾਂ ਫਿਰ ਉਹ ਨਾ ਉੱਧਰ ਜੋਗਾ ਬੰਦਾ ਰਹਿੰਦਾ ਤਾਂ ਨਾ ਉੱਧਰ ਜੋਗਾ ਰਹਿੰਦਾ। ਜਾਣੇ ਜਾਣੇ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹੋਗੇ, ਜੇਕਰ ਬਿਮਾਰੀਆਂ ਤੋਂ ਛੁਟਕਾਰਾ ਪਾਉਣਾ ਹੋਵੇ, ਮਹਿੰਗੇ ਮਹਿੰਗੇ ਡਾਕਟਰਾਂ ਦੇ ਬਿੱਲਾਂ ਤੋਂ ਬਚਣਾ ਹੋਵੇ, ਹਸਪਤਾਲ 'ਚ ਜਾਣਾ ਬਚਣਾ ਹੋਵੇ, ਅਤੇ ਡਾਕਟਰਾਂ ਕੋਲ ਦਵਾਈਆਂ ਜਦੋਂ ਲਿਖ ਦਿੰਦੇ ਨੇ ਮਹਿੰਗੀਆਂ ਮਹਿੰਗੀਆਂ ਅਤੇ ਲੱਖਾਂ ਰੁਪਏ ਦਵਾਈਆਂ ਖਰਚਦੇ, ਉਹਨਾਂ ਦਾ ਬਚਣਾ ਹੋਵੇ ਤਾਂ ਕਿਸ ਤਰ੍ਹਾਂ ਬਚਿਆ ਜਾ ਸਕਦਾ? ਉੱਥੋਂ ਦਰਸ਼ਕਾਂ ਜ਼ਰੂਰ ਸਾਂਝਾ ਕਰ ਦਿਓ ਆਪਣੇ ਜਿਹੜੇ ਕੀਮਤੀ ਸੁਝਾਅ ਆ, ਦੋ ਲਾਣੇ ਜ਼ਰੂਰ ਸਾਂਝੀ ਕਰ ਦਿਓ, ਕਿਸ ਤਰ੍ਹਾਂ ਬਚਣਾ ਚਾਹੀਦਾ? ਅਗਰ ਜੇ ਬਚਣ ਦੀ ਜ਼ਰੂਰਤ ਇਹ ਆ ਕਿ ਜੇ ਤਾਂ ਬਚਣਾ ਆ, ਪਹਿਲੇ ਨੰਬਰ 'ਤੇ ਆਪਣਾ ਖਾਣਾ ਪੀਣਾ ਸਹੀ ਕੀਤਾ ਜਾਵੇ, ਸਵੇਰ ਦੀ ਚਾਹ ਜਿਹੜੀ ਉਹ ਬੰਦ ਕੀਤੀ ਜਾਵੇ, ਰਾਤ ਦੀ ਰੋਟੀ ਬੰਦ ਕੀਤੀ ਜਾਵੇ। ਪਰ ਸ਼ਾਮ ਦਾ ਟਾਈਮ ਹੋ ਰਿਹਾ, ਇਸ ਵੇਲੇ ਦੇਖ ਲਓ ਕਿ ਜਿੰਨੇ ਪਸ਼ੂ ਪੰਛੀ ਸਾਰੇ ਆਪਣੇ ਪਿੰਜਰੇ 'ਤੇ ਜਾ ਚੁੱਕੇ ਆ, ਆਪਣੇ ਘਰਾਂ ਨੂੰ ਚਲੇ ਗਿਆ, ਰਾਤ ਦਾ ਜਾਨਵਰ ਸਿਰਫ ਇੱਕ ਮਨੁੱਖ ਤੋਂ ਛੱਡ ਕੇ ਜਿਹੜਾ ਸੋਝੀ ਵਾਲਾ ਬੰਦਾ ਆ, ਮੈਂ ਆਖਦਾ ਨਾ ਕਿ ਸਿਰਫ ਇੱਕ ਮਨੁੱਖ ਹੀ ਇੱਕ ਸੋਝੀ ਵਾਲਾ ਜਾਨਵਰ ਆ ਕਿ ਜਿਹੜਾ ਰਾਤ ਨੂੰ ਵੀ ਖਾਣ ਤੋਂ ਬਗੈਰ ਨਹੀਂ ਸੌਂਦਾ, ਠੀਕ ਆ ਜੀ। ਅਤੇ ਸਵੇਰੇ ਇਹਨੇ ਨਾਸ਼ਤਾ ਕਰਨਾ ਜਿਸ ਟਾਈਮ ਖਾਣੇ ਦੀ ਲੋੜ ਆ, ਠੀਕ ਆ ਜੀ। ਅਤੇ ਜੇ ਜ਼ਿਆਦਾ ਸੰਗਤਾਂ ਨੇ ਤੰਦਰੁਸਤ ਹੋਣਾ ਆ ਜਾਂ ਸਾਡੇ ਕੋਲੋਂ ਕੁਛ ਕੀਮਤੀ ਗੱਲਾਂ ਸਾਡੇ ਕੋਲੋਂ ਲੈਣੀਆਂ ਆ, ਸਾਡੇ ਕੋਲ ਕਦੇ ਵੀ ਆ ਸਕਦੇ ਆ, ਮੋਸਟ ਵੈਲਕਮ ਆ ਜੀ ਅਸੀਂ ਸੰਗਤਾਂ ਨੂੰ। ਮੇਰੇ ਕੋਲ ਸਾਡੇ ਕੋਲ ਪ੍ਰੋਜੈਕਟ ਦੋ ਚਾਰ ਹੈਗੇ, ਜਿਵੇਂ ਸਾਡੇ ਕੋਲ ਇੱਕ ਨਾਵੀ ਵਾਲਾ ਤੇਲ ਆ ਜੀ, ਇੱਕ ਸੁੰਘਣ ਵਾਲਾ ਤੇਲ ਆ, ਇਹਦੇ ਨਾਲ ਮਾਈਗਰੇਨ, ਅੱਧੇ ਸਿਰ ਦਾ ਦਰਦ, ਕਿੰਨਾ ਵੀ ਕਿਸੇ ਦਾ ਪੁਰਾਣਾ ਹੋ ਰਿਹਾ ਆ, ਆਪਾਂ ਇਹ ਸਮੈਲ ਕਰਾ ਕੇ ਮਾਈਗਰੇਨ ਜਲਦੀ ਤੋਂ ਜਲਦੀ ਠੀਕ ਕਰ ਰਹੇ ਹਾਂ। ਇਹ ਨਾਵੀ ਵਾਲਾ ਤੇਲ ਆ, ਹਰ ਬਿਮਾਰੀ 'ਤੇ ਕੰਮ ਕਰੇਗਾ ਜੀ, ਬਿਮਾਰੀ ਕੋਈ ਹੈ ਨਹੀਂ। ਅਗਰ ਜੇ ਕਿਸੇ ਸੰਗਤਾਂ ਨੂੰ ਆ ਰਹੀ ਆ, ਆਪਾਂ ਉਹਨਾਂ ਨੂੰ ਠੀਕ ਹੋਣ ਵਾਸਤੇ ਰਸਤਾ ਜ਼ਰੂਰ ਦੇਵਾਂਗੇ ਕਿ ਦਵਾਈਆਂ ਤੋਂ ਬਗੈਰ ਆਪਾਂ ਠੀਕ ਹੋ ਸਕਦੇ ਹਾਂ। ਸਾਡਾ ਐਡਰੈਸ ਹੈ ਜੀ ਸ਼ਹੀਦਾਂ ਸਾਹਿਬ, ਚਾਟੀਵਿੰਡ ਗੇਟ ਹੈ, ਰਾਮਗੜੀਆ ਗੇਟ ਹੈ ਜੀ, ਸ਼ਹੀਦਾਂ ਸਾਹਿਬ ਦੇ ਬਿਲਕੁਲ ਨਜ਼ਦੀਕ ਹੈ, ਰਾਮਗੜੀਆ ਗੇਟ ਦੇ ਬਿਲਕੁਲ ਆਪੋਜਿਟ 9 ਨੰਬਰ ਸਾਡੀ ਸ਼ੋਪ ਆ, ਅਤੇ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਹੁੰਦੇ ਹਾਂ ਜੀ। ਅਤੇ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਆਪੋ ਆਪਣੇ ਘਰਾਂ 'ਚ ਰਹਿ ਕੇ ਠੀਕ ਹੋ ਸਕਦੇ ਹਾਂ, ਨਾ ਹੋਸਪਿਟਲ ਦੀ ਲੋੜ ਆ, ਨਾ ਮੈਡੀਕਲ ਸਟੋਰਾਂ ਦੀ ਲੋੜ ਆ, ਠੀਕ ਆ ਜੀ। ਸਾਨੂੰ ਸਿਰਫ ਨੌਲੇਜ ਲੋੜ ਆ, ਨੌਲੇਜ ਕਿਤੇ ਵੀ ਲਈ ਜਾ ਸਕਦੀ ਆ, ਠੀਕ ਆ ਜੀ। ਅਸੀਂ ਸਿੱਖ ਹਾਂ, ਅਸੀਂ ਸਿੱਖ ਸਕਦੇ ਹਾਂ, ਹਰ ਵੇਲੇ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਸਿਖਾਉਣ ਦੀ ਸੰਗਤਾਂ ਨੂੰ ਕੋਸ਼ਿਸ਼ ਕਰਦੇ ਹਾਂ ਕਿ ਜਿਹਦੇ ਨਾਲ ਸੰਗਤਾਂ ਠੀਕ ਹੋ ਰਹੀਆਂ ਆ, ਬਿਮਾਰੀ ਕੋਈ ਹੈ ਨਹੀਂ। ਅਗਰ ਜੇ ਕਿਸੇ ਨੂੰ ਆ ਰਹੀ ਆ, ਅਸੀਂ ਇੱਥੇ ਹੀ ਠੀਕ ਕਰਾਂਗੇ, ਬਸ ਇੱਥੇ ਹੀ ਠੀਕ ਕਰਾਂਗੇ, ਕਿਤੇ ਹੋਰ ਜਾਣ ਦੀ ਜ਼ਰੂਰਤ ਨਹੀਂ ਪਏਗੀ। ਧੰਨਵਾਦ ਜੀ। ਤੁਸੀਂ ਦੇਖਿਆ ਸਰਦਾਰ ਜੀ ਨੇ ਆਪਣੇ ਕਿੰਨੇ ਕੀਮਤੀ ਜਿਹੜੇ ਸੁਝਾਅ ਤਾਂ ਦਿੱਤੇ ਨੇ, ਅਤੇ ਉਹਨਾਂ ਕਿਹਾ ਵੀ ਬਿਮਾਰੀ ਕਿਸੇ ਨੂੰ ਕੋਈ ਨਹੀਂ ਆ, ਬਿਮਾਰੀ ਕਿਸੇ ਨੂੰ ਕੋਈ ਨਹੀਂ ਆ, ਸਿਰਫ ਤੁਹਾਨੂੰ ਕਹਿ ਲਓ ਇਲਾਜ ਦੀ ਲੋੜ ਹੈ ਜਾਂ ਤੁਹਾਨੂੰ ਸਮਝਾਉਣ ਦੀ ਲੋੜ ਹੈ, ਤੁਹਾਨੂੰ ਨੌਲੇਜ ਦੀ ਲੋੜ ਆ। ਸਰਦਾਰ ਜੀ ਨੇ ਆਪਣੇ ਬੜਾ ਕੀਮਤੀ ਸੁਝਾਅ ਦਿੱਤੇ ਨੇ ਅਤੇ ਬੜੀਆਂ ਕੀਮਤੀ ਗੱਲਾਂ ਤਾਂ ਦੱਸੀਆਂ ਨੇ ਕਿ ਸਵੇਰ ਦੀ ਚਾਹ ਜਿਹੜੀ ਆ ਉਹ ਬੰਦ ਕਰਨੀ ਚਾਹੀਦੀ ਆ ਅਤੇ ਰਾਤ ਦਾ ਖਾਣਾ ਬੰਦ ਕਰ ਦਿਓ, ਤੁਸੀਂ ਆਪੇ ਠੀਕ ਹੋ ਜਾਓਗੇ। ਸਾਡੀ ਦਰਸ਼ਕਾਂ ਨੂੰ ਅਪੀਲ ਆ
ਜਿਹੜੇ ਦਰਸ਼ਕ ਸਾਡੀ ਵੀਡੀਓ ਦੇਖ ਰਹੇ ਨੇ ਉਹਨਾਂ ਵਾਸਤੇ ਬਹੁਤ ਕੰਮ ਦੀ ਆ, ਕਿਉਂਕਿ ਅਸੀਂ ਦੇਖਦੇ ਵੀ ਲੋਕਾਂ ਦੇ ਘਰ ਘਰ ਬਿਮਾਰੀ ਆ, ਘਰ ਘਰ ਲੋਕ ਤਕਲੀਫ ਨੇ, ਡਾਕਟਰਾਂ ਤੋਂ ਲੋਕ ਦਵਾਈਆਂ ਖਾ ਕੇ ਅੱਕ ਚੁੱਕੇ ਨੇ। ਇਸ ਕਰਕੇ ਸਾਡੀ ਦਰਸ਼ਕਾਂ ਨੂੰ ਅਪੀਲ ਆ, ਜਿਸ ਤਰ੍ਹਾਂ ਸਰਦਾਰ ਜੀ ਨੇ ਆਪਣਾ ਕੀਮਤੀ ਸੁਝਾਅ ਦਿੱਤੇ ਨੇ ਉਸ ਨੂੰ ਸੁਝਾਅ ਨੂੰ ਫੋਲੋ ਕਰੋ ਅਤੇ ਤੁਸੀਂ ਵੀ ਠੀਕ ਹੋ ਸਕਦੇ ਜੀ। ਜਿਵੇਂ ਉਹਨਾਂ ਕਿਹਾ ਵੀ ਸਵੇਰ ਦੀ ਚਾਹ ਅਤੇ ਰਾਤ ਦਾ ਖਾਣਾ ਬੰਦ ਕਰ ਦਿਓ ਅਤੇ ਆਪਣਾ ਡਾਇਟ ਪਲਾਨ ਜਿਹੜਾ ਉਹ ਸੈੱਟ ਰੱਖੋ, ਤੁਸੀਂ ਬਿਲਕੁਲ ਤੰਦਰੁਸਤ ਰਹਿ ਸਕਦੇ ਹੋ ਅਤੇ ਤੁਹਾਡੀ ਉਮਰ ਜਿਹੜੀ ਆ ਉਹ ਲੰਬੀ ਹੋ ਸਕਦੀ ਆ। ਅਤੇ ਨਾਲ ਹੀ ਸਰਦਾਰ ਜੀ ਨੇ ਜੂਸ ਜਿਹੜਾ ਤੁਸੀਂ ਦੇਖਿਆ, ਜੂਸ ਜਿਹੜਾ ਤਿਆਰ ਕੀਤਾ ਸਰਬਲੋਹ ਦੇ ਬਾਟੇ ਵਿੱਚ ਅਤੇ ਲੋਹੇ ਦੀ ਕੜਾਹੀਆਂ ਵਿੱਚ ਤਿਆਰ ਕਰਦੇ ਨੇ, ਅਤੇ ਸਰਬਲੋਹ ਦੇ ਜਿਹੜੇ ਭਾਂਡਿਆਂ ਨੂੰ ਵਰਤਣ ਵਾਸਤੇ ਉਹਨਾਂ ਕਿਹਾ ਵੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਆ, ਜਿਸ ਨਾਲ ਸਾਡੀ ਉਮਰ ਜਿਹੜੀ ਆ ਲੰਬੀ ਹੋ ਜਾਵੇ। ਮੈਨੂੰ ਦਿਓ ਇਜਾਜ਼ਤ, ਮੈਂ ਤੁਹਾਡਾ ਆਪਣਾ ਹਰਜੀਤ ਗਰੇਵਾਲ, ਪੰਜਾਬੀ ਲੋਕ ਚੈਨਲ, ਅੰਮ੍ਰਿਤਸਰ।